सत श्री अकाल, मेरा नाम सीरत कौर मान आ। मैं पंजाब दे मुख्यमंत्री भगवंत सिंह मान की बेटी हाँ। एक गल मैं पहला कहना चाहूंगी कि मैं इस वीडियो च सिर्फ उन्होंने मिस्टर मान या सीएम साहब कह के गल करूंगी। मेरे मुंह पापा सुन का हक काफी देर तो खो चुके ने। मेरा इस वीडियो बनाने का रीजन कोई पोलिटिकल मोटिव नहीं है, सिर्फ ते सिर्फ ए है कि मैं चाहनी हाँ कि साड़ी स्टोरी भी सामने आए। अज तक जो भी लोगों ने सुनिया वह सिर्फ सीएम साहब के मुंहों सुनिया साढ़े बारे, ते उस गल करके जिन्या गल्लां सानू सुननिया पईआं ने, जिन्ना कुछ सानू देखना पिया, ओ मैं डिस्क्राइब नहीं कर सकती। ते अज तक असीं चुप रहे हां, साडे मदर चुप रहे ने। मैनू लगदा इन्हां ने समझ लिया कि साडी चुप साडी कमजोरी आ। इन्हां नू ए नहीं पता कि साडे चुप रहण करके अज ओह इस अहुदे ते बैठे ने। पहली गल मैं करना चाहूंगी, मिस्टर मान दे वाइफ डॉक्टर गुरप्रीत मान इज प्रैगनेंट, ओ तीजी वारी बाप बन जा रहे ने। ए गल मैनू पता लगी आ लोकां तों, ए उन्होंने मैनू आप दसना जरूरी नहीं समझिया, अपने बेटे दुलशान नू दसना जरूरी नहीं समझिया। मैं पूछना चाहूंगी कि जिहड़े थोड़े दो जवाक हैगे ने, मैं 23 साल दी आ ते मेरा ब्रदर 19 साल दा होण वाला, आपदे जवाकां नू तुसी जमा पासे करके साइड ते करके उन्हां नू भुला के उन्हां दी जिम्मेवारी नहीं लई, ਤਾਂ ਤੁਸੀਂ ਇੱਕ ਹੋਰ ਜਵਾਕ ਲੈ ਕੇ ਆਉਣ ਲੱਗੇ ਹੋ ਇਸ ਦੁਨੀਆਂ ਤੇ, ਇਹਦੇ ਪਿੱਛੇ ਕੀ ਰੀਜ਼ਨਿੰਗ ਆ? ਦਿਲਸ਼ਾਨ ਪਿਛਲੇ ਸਾਲ ਚ 2 ਵਾਰ ਗਿਆ ਇਹਨਾਂ ਨੂੰ ਮਿਲਣ, ਇਹਨਾਂ ਨੂੰ ਵਿਜ਼ਿਟ ਕਰਨ। ਉਹ ਚਾਹੁੰਦਾ ਸੀ ਕਿ ਮੈਂ ਆਪਦੇ ਫਾਦਰ ਨਾਲ ਟਾਈਮ ਸਪੈਂਡ ਕਰਾਂ। ਇਹਨਾਂ ਨੇ ਉਹਨੂੰ ਸੀਐਮ ਹਾਊਸ ਦੇ ਵਿੱਚ ਨਹੀਂ ਆਉਣ ਦਿੱਤਾ। ਬਹੁਤ ਕੁਛ ਹੋਇਆ ਉਦੋਂ, ਦੋਨੋਂ ਵਾਰੀ ਜਦੋਂ ਗਿਆ ਉੱਥੇ। ਉਹ ਸਾਡੇ ਫੈਮਿਲੀ ਫਰੈਂਡਸ ਨਾਲ ਰਿਹਾ ਉੱਥੇ ਚੰਡੀਗੜ੍ਹ ਦੇ ਵਿੱਚ। ਇੱਕ ਦਿਨ ਉਹ ਚਲਾ ਗਿਆ ਜਾਂ ਕੁਛ ਹੋ ਗਿਆ ਕਿ ਉਹਨੂੰ ਆਉਣ ਦਿੱਤਾ, ਤਾਂ ਉਹਨੂੰ ਰਾਤ ਨੂੰ ਘਰੋਂ ਕੱਢਿਆ ਕਿ ਤੂੰ ਪਲੀਜ਼ ਜਾ ਇੱਥੋਂ, ਤੂੰ ਇੱਥੇ ਨਹੀਂ ਰਹਿ ਸਕਦਾ ਆਪਦੇ ਬੇਟੇ ਨੂੰ। ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ, ਉਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲੂ? ਜਿਹੜਾ ਕੁਛ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ, ਉਹੀ ਇਹ ਪੰਜਾਬ ਦੇ ਲੋਕਾਂ ਨਾਲ ਯੂਜ਼ ਕਰ ਰਹੇ ਨੇ। ਡਿਵੋਰਸ ਦਾ ਰੀਜ਼ਨ ਇਹਨਾਂ ਨੇ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਜਾਵਾਂ। ਡਿਵੋਰਸ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮਾਮ ਦੀ ਸਟੋਰੀ ਆ ਦੱਸਣ ਨੂੰ। ਜਦ ਉਹ ਰੈਡੀ ਹੋਏ ਉਹ ਜ਼ਰੂਰ ਦੱਸਣਗੇ, ਪਰ ਕੁਛ ਰੀਜ਼ਨਸ ਮੈਂ ਦੱਸ ਦਿੰਦੀ ਹਾਂ। ਸ਼ਰਾਬ ਪੀਣਾ, ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟੁਵਰਡਸ ਮਾਈ ਮਦਰ, ਝੂਠ ਬੋਲਣ ਦੀ ਆਦਤ, ਐਂਡ ਇਮੋਸ਼ਨਲ ਬਲੈਕਮੇਲ। ਸ਼ਰਾਬ ਪੀ ਕੇ ਅੱਜ ਵੀ ਇਹ ਕਦੇ ਵਿਧਾਨ ਸਭਾ ਚਲੇ ਜਾਂਦੇ ਆ, ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਂਦੇ ਆ, ਸ਼ਰਾਬ ਪੀ ਕੇ ਪ੍ਰੈਸ ਕਾਨਫਰੰਸਿਸ ਦੇ ਆਉਂਦੇ ਆ। ਇੱਕ ਲੀਡਰ ਦੇ ਵਾਸਤੇ ਜਿਹਦੇ ਨਾਲ ਇੰਨੇ ਲੋਕਾਂ ਦੀਆਂ ਆਸਾਂ ਜੁੜੀਆਂ ਨੇ, ਤੁਸੀਂ ਇੰਨੀ ਡਿਸਰਿਸਪੈਕਟ ਕਰ ਰਹੇ ਹੋ। ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟ ਪਾਈ ਆ ਉਹਨਾਂ ਦੀ ਹੀ ਡਿਸਰਿਸਪੈਕਟ ਕਰ ਰਹੇ ਹੋ ਇਹ ਗੱਲ ਕਰਕੇ। ਮੈਨੂੰ ਤਾਂ ਪਤਾ ਹੀ ਨਹੀਂ ਹੈ ਯੂਨੋ ਇਹ ਕਿਹੋ ਜਿਹੀ ਆਦਤ ਆ। ਇਮੋਸ਼ਨਲ ਬਲੈਕਮੇਲ ਸਾਡੇ ਨਾਲ ਕਰਦੇ ਸੀ ਇਹ ਕਿ ਯੂਨੋ ਰੋ ਕੇ ਦਿਖਾਤਾ, ਅਸੀਂ ਜਵਾਕ ਸੀ ਉਦੋਂ ਸਾਨੂੰ ਨਹੀਂ ਪਤਾ ਸੀ, ਰੋ ਕੇ ਦਿਖਾਤਾ ਤਾਂ ਅਸੀਂ ਕਿਹਾ ਓਕੇ ਯੂਨੋ ਆਹ ਗੱਲ ਹੋ ਗਈ, ਅੱਛਾ ਸੋਰੀ। ਅੱਜ ਵੀ ਮੈਂ ਦੇਖ ਰਹੀ ਹਾਂ ਕਦੇ ਕਿਸੇ ਦੇ ਜਵਾਕ ਨੂੰ ਗੱਲ ਲਾ ਕੇ ਰੋ ਰਹੇ ਆ, ਕਿਸੇ ਲੇਡੀ ਨੂੰ ਗੱਲ ਲਾ ਕੇ ਰੋ ਰਹੇ ਆ। ਉਵੇਂ ਇਮੋਸ਼ਨਲ ਬਲੈਕਮੇਲ ਅੱਜ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਸਿੰਪਥੀ ਲੈਣ ਵਾਸਤੇ, ਸਿੰਪਥੀ ਲੈਣ ਵਾਸਤੇ ਆਪਦੇ ਪਾਵਰ ਲਈ, ਆਪਣੇ ਫਾਇਦੇ ਲਈ। ਬਹੁਤ ਗੱਲਾਂ ਨੇ ਤੇ ਮੈਨੂੰ 10 ਦਿਨ ਨੂੰ ਘੰਟੇ ਲੰਘ ਜਾਣੇ ਆ, ਪਰ ਮੈਂ ਸਿਰਫ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਸਾਡਾ ਨਾਮ ਇਹਨਾਂ ਦੇ ਨਾਲ ਨਾ ਜੋੜਿਆ ਜਾਏ। ਇਹਨਾਂ ਨੇ ਕਾਫੀ ਕਲੀਅਰ ਕਰਤਾ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ, ਮੈਂ ਤੇ ਮੇਰਾ ਬ੍ਰਦਰ ਇਹਨਾਂ ਦੇ ਪਰਿਵਾਰ ਚ ਨਹੀਂ ਆਉਂਦੇ। ਇਹਨਾਂ ਦਾ ਪਰਿਵਾਰ ਹੁਣ ਫਿਰ ਤੋਂ ਸ਼ੁਰੂ ਹੋਣ ਲੱਗਿਆ। ਮਿਸਟਰ ਮਾਨ, ਕੰਗ੍ਰੈਚੁਲੇਸ਼ਨਸ, ਤੁਸੀਂ ਫਿਰ ਤੋਂ ਪਿਓ ਬਣ ਚੱਲੇ ਹੋ। ਮੈਂ ਸਿਰਫ ਇਹੀ ਦੁਆ ਕਰ ਸਕਦੀ ਹਾਂ ਕਿ ਉਹ ਜਵਾਕ ਦੀ ਜ਼ਿੰਦਗੀ ਸਾਡੇ ਨਾਲੋਂ ਬੈਟਰ ਹੋਏ, ਉਹ ਜਵਾਕ ਦੇ ਲਈ ਤੁਸੀਂ ਇੱਕ ਚੰਗਾ ਬਾਪ ਬਣ ਕੇ ਦਿਖਾ ਸਕੋ। ਇੱਕ ਰਿਕੁਐਸਟ ਮੈਂ ਹੋਰ ਕਰੂੰਗੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪਦਾ ਪਰਿਵਾਰ ਛੱਡਿਆ ਸੀ, ਤੁਸੀਂ
परिवार नू छड़ के उस पंजाब नू चुनिया सी। उसे पंजाब दे जवाकां लई, उसे पंजाब दियां मावां लई, भैणां लई कुछ कर दो, उन्हां दी ही जिम्मेवारी लै लो, तां शायद रब थोनू माफ कर दे। जिहड़ा कुछ तुसी साडे नाल कीता उस वास्ते रब थोनू माफ कर दे। सत श्री अकाल।